ससी गर्ल फ्रेंड्स माय नेम इज अजय सिडाना एंड आई वेलकम यू ऑल टू रेस एकेडमी ऑफिशियल सो दोस्तों आई होप ਤੁਸੀਂ ਸਾਰੇ एग्जाम ਦੀ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰ ਰਹੇ ਹੋਵਗੇ ਐਂਡ एग्जामस ਦੀ ਤਿਆਰੀ ਲਈ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕੁਐਸਚਨਸ ਦੀ ਪ੍ਰੈਕਟਿਸ ਐਂਡ ਅਗਰ ਉਹ ਪ੍ਰੈਕਟਿਸ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਧਿਆਨ ਰੱਖਦੇ ਹੋਏ ਹੋ ਜੇ ਤਾਂ ਤਿਆਰੀ ਨੂੰ ਚਾਰ ਚੰਦ ਲੱਗ ਜਾਂਦੀ ਹੈ ਸੋ ਦੋਸਤੋ ਅੱਜ ਦੀ ਅੱਜ ਤੋਂ ਲੈ ਕੇ ਇਸ ਸੀਰੀਜ਼ ਦੇ ਵਿੱਚ ਆਪਾਂ ਗੱਲ ਕਰਾਂਗੇ ਸਟੈਟਿਕ ਜੀਕੇ ਦੀ ਐਮਸੀਕਿਊ ਦੇ ਬਾਰੇ ਸੋ ਹਰ ਸੀਰੀਜ਼ ਦੇ ਵਿੱਚ 10 ਕੁਐਸਚਨਸ ਹੋਣਗੇ ਹਰ ਜੋ ਲੈਕਚਰ ਦੇ ਵਿੱਚ ਐਂਡ ਉਹਨਾਂ 10 ਕੁਐਸਚਨਸ ਨੂੰ ਤੁਸੀਂ ਅੱਛੀ ਤਰ੍ਹਾਂ ਸਮਝਣਾ ਐਂਡ ਉਸ ਪੁਆਇੰਟ ਆਫ ਊ ਨਾਲ ਦੇਖਣਾ ਕਿ ਪ੍ਰੀਵੀਅਸ ইয়ারਸ ਯਾ ਪਿਛਲੇ 5-7 ਸਾਲਾਂ ਜੋ-ਜੋ ਐਗਜ਼ਾਮ ਹੋਏ ਹੈ ਉਹਨਾਂ ਵਿੱਚ ਕਿਸ ਤਰ੍ਹਾਂ ਦੇ ਕੁਐਸਚਨਸ ਬਣੇ ਹੈ ਠੀਕ ਹੈ ਚਲੋ ਅਗਰ ਇਸ ਸੀਰੀਜ਼ ਦੀ ਆਪਾਂ ਗੱਲ ਕਰੀਏ ਤਾਂ ਇਹ ਸਟੈਟਿਕ ਜੀਕੇ ਤੇ ਬੇਸ ਹੋਏਗੀ ਐਂਡ ਇਹਦੇ ਵਿੱਚ ਇੰਪੋਰਟੈਂਟ ਸਾਈਟਸ ਇਨ ਇੰਡੀਆ ਫਰਸਟ ਇਨ ਇੰਡੀਆ ਸੁਪਰਲੇਟਿਵਸ ਇਨ ਇੰਡੀਆ ਨੈਸ਼ਨਲ ਪਾਰਕਸ ਵਾਈਲਡਲਾਈਫ ਸੈਂਚਰੀਜ਼ ਟਾਈਗਰ ਰਿਜ਼ਰਵਸ 에য়ারਪੋਰਟਸ ਵਾਟਰ ਵੇਸ ਸਭ ਕੁਝ ਇਹਦੇ ਵਿੱਚ ਹੋਏਗਾ ਜੋ ਸਟੈਟਿਕ ਜੀਕੇ ਕਦੇ ਚੇਂਜ ਨਹੀਂ ਹੁੰਦੀ ਇਹ ਉਹ ਉਹ ਉਹਨਾਂ ਚੀਜ਼ਾਂ ਤੇ बेस रहेंगे सो फर्स्ट क्वेश्चन थोड़ी कंप्यूटर स्क्रीन पर बद्रीनाथ टैंपल इज इन विच डिस्ट्रिक ऑफ उत्तराखंड अगर आप प्रीवियस ईयर क्वेश्चन की गल करिए क्वेश्चन पी एस पी सी एल एग्जाम आया सी, कि बद्रीनाथ टैंपल इज़ इन विच डिस्ट्रिक ऑफ उ उत्तराखंड सो टेक टेन सेकेंड्स एंड गिव मी द आंसर सो द राइट आंसर टू दिस क्वेश्चन इज ਚਮੋਲੀ ਡਿਸਟ੍ਰਿਕਟ ਸੋ ਕਾਫੀ ਜਨਨ ਨੂੰ ਲੱਗਦਾ ਹੈ ਕਿ ਇਹ ਰੁਦਰ ਪ੍ਰਯਾਗ ਹੋਏਗਾ ਲੇਕਿਨ ਰੁਦਰ ਪ੍ਰਯਾਗ ਡਿਸਟ੍ਰਿਕਟ ਨਹੀਂ ਹੈ ਇਹ ਹੈ ਚਮੋਲੀ ਡਿਸਟ੍ਰਿਕਟ ਆਫ ਉਤਰਾਖੰਡ ਠੀਕ ਹੈ ਤਿਹਰੀ ਤਿਹਰੀ ਵੀ ਤੁਸੀਂ ਸੁਣਿਆ ਹੋਇਆ ਹੈ ਤਿਹਰੀ ਡੈਮ ਇਨ ਆ ਇੰਡੀਆ ਦਾ ਹਾਈएस्ट ਡੈਮ ਤਿਹਰੀ ਡੈਮ ਠੀਕ ਹੈ ਉਹ ਵੀ ਇਹਦੇ ਲੋਕੇਸ਼ਨ ਤੇ ਹੀ ਹੈ ਨੈਕਸਟ ਗੱਲ ਕਰੀਏ ਕਾਸ਼ੀ ਵਿਸ਼ਵਨਾਥ ਟੈਂਪਲ ਇਜ਼ ਇਨ ਵਿਚ ਆਫ ਦੀ ਫੋਲੋਇੰਗ ਇੰਡੀਅਨ ਸਿਟੀ ਕਾਸ਼ੀ ਵਿਸ਼ਵਨਾਥ ਟੈਂਪਲ ਜੋ ਹੈ ਉਹ ਇੰਡੀਆ ਦੀ ਕਿਹੜੀ ਸਿਟੀ ਦੇ ਵਿੱਚ ਸਿਟਿਉਏਟਿਡ ਹੈ ਇਜ਼ ਇਟ ਉਜੈਨ इज इट थनजम्बूर इज इट वाराणसी और इज इट हरिद्वार सो द राइट आंसर इज वाराणसी सो जानते हो काशी विश्वनाथ टैंपल सो so, भगवान शिव नार रिलेट करता है एंड मोदी जी की कॉन्स्टिटंसी दैट इज़ वाराणसी उतुएटड है थर्ड क्वेश्चन त्रिंबकेश्वर टैंपल इज सिचुएटड ऑन विच इंडियन रिवर त्रंबकेश्वर टैंपल जो है वह इंडिया की कड़ी रिवर सिचुएटिड है सो इज इट नर्मदा गोदावरी गंगा और ब्रह्मपुत्रा सो द राइट आंसर इज़ इट इज़ इन फैक्ट द ओरिजिनल प्लेस ऑफ गोदावरी थो पता है त्रिंबकेश्वर तो टैंपल जो है ये नासिक डिस्ट्रिक्ट ऑफ महाराष्ट्र के बिच है एंड यह उद्गम स्थान है किंदा गोदावरी रिवर का दैन गिर सोमनाथ टैपल इज़ इन विच स्टेट गिर सोमनाथ टैपल इज इट हरियाणा और उत्तर प्रदेश और राजस्थान और गुजरात सो द टेंपल इज़ इन ਗੁਜਰਾਤ ਜਿਵੇਂ ਕਿ ਤੁਸੀਂ ਨਾਮ ਤੋਂ ਹੀ ਨਾਮ ਤੋਂ ਜੱਜ ਕਰ ਲਿਆ ਕਰੋ ਗਿਰ ਸੋਮਨਾਥ ਸੋ ਗਿਰ ਡਿਸਟ੍ਰਿਕਟ ਹੈ ਨਾ ਗਿਰ ਸੋਮਨਾਥ ਡਿਸਟ੍ਰਿਕਟ ਹੈ ਜਿੱਥੇ ਗਿਰ ਨੈਸ਼ਨਲ ਪਾਰਕ ਵੀ ਹੈ ਗਿਰ ਨੈਸ਼ਨਲ ਪਾਰਕ ਹੈ ਗੁਜਰਾਤ ਦੇ ਵਿੱਚ that is ਗਿਰ ਸੋਮਨਾਥ ਟੈਂਪਲ ਇਜ਼ ਇਨ ਗੁਜਰਾਤ दैन वेंकटेश्वरा टेम्पल, वेंकटेश्वरा वेरी वेरी इंपॉर्टेंट बहुत बारी एग्जाम पूछा गया है वेंकटेश्वरा टेम्पल इज इन विच इंडियन स्टेट सो इज द राइट आंसर टू दिस क्वेश्चन इज आंध्र प्रदेश तिरुपति बालाजी का मंदिर सुने ना, दिस इज द सेम टेम्पल, तिरुपति बालाजी दैट इज़ वेंकटेश्वरा टेंपल इज इन आंध्र प्रदेश दैन नेक्स्ट इज इन विच ईयर स्वामी नारायण अक्षरधाम मंदिर ऑफ दिल्ली वॉज ओपन टू पब्लिक स्वामी नारायण अक्षरधाम मंदिर जो कि दिल्ली ਦੇ ਵਿੱਚ ਹੈ ਇਹ ਕਿਹੜੇ ਸਾਲ ਪਬਲਿਕ ਲਈ ਓਪਨ ਕੀਤਾ ਗਿਆ ਸੋ ਥੋੜਾ ਜਿਹਾ ਡੀਪ ਕੁਐਸਚਨ ਹੈ ਐਂਡ ਦਾ ਆਨਸਰ ਹੈ 2005 ਨੈਕਸਟ ਇਜ਼ ਦਵਾਰਕਾ ਧੀਸ ਟੈਂਪਲ ਇਨ ਗੁਜਰਾਤ ਇਜ਼ ਐਸੋਸੀਏਟਿਡ ਵਿਦ ਵਿਚ ਡਾਈਟੀ ਕਿਹੜੇ ਭਗਵਾਨ ਨਾਲ ਰਿਲੇਟਡ ਹੈ ਦਵਾਰਕਾ ਧੀਸ ਟੈਂਪਲ ਸੋ ਤੁਸੀਂ ਜਾਣਦੇ ਹੋ ਦਵਾਰਕਾ ਧੀਸ ਟੈਂਪਲ ਇਜ਼ ਵਨ ਆਫ ਦੀ ਮੇਜਰ ਧਾਮ ਸੀ ਇਨ ਇੰਡੀਆ ਚਾਰ ਧਾਮ ਹੈ ਨਾ ਚਾਰ ਦਿਸ਼ਾਵਾਂ ਦੇ ਵਿੱਚ ਸੋ ਵਨ ਆਫ ਦੀ ਮੇਜਰ ਧਾਮ ਇਨ ਦੀ ਵੈਸਟ ਡਾਇਰੈਕਸ਼ਨ ਇਜ਼ ਦਵਾਰਕਾ ਦੀਸ ਟੈਂਪਲ ਐਂਡ ਦਵਾਰਕਾ ਦੀਸ ਟੈਂਪਲ ਕਿਹੜੇ ਭਗਵਾਨ ਨਾਲ ਰਿਲੇਟਿਡ ਹੈ ਸੋ ਦੀ ਰਾਈਟ ਆਨਸਰ ਇਜ਼ ਲਾਰਡ ਕ੍ਰਿਸ਼ਨਾ ਸੋ ਅਗਰ ਤੁਹਾਨੂੰ ਇਹ ਕੁਐਸਚਨ ਆਂਦੇ ਆ ਤਾਂ ਬਹੁਤ ਅੱਛੀ ਗੱਲ ਹੈ ਨਹੀਂ ਆਂਦੇ ਤਾਂ ਤੁਸੀਂ ਇਹਨੂੰ ਸਮਝੋ ਨੋਟਸ ਬਣਾਓ ਐਂਡ ਇਹਨਾਂ ਤੋਂ ਇਹ ਸਮਝੋ ਕਿ ਕਿਦਾਂ ਦੇ ਕੁਐਸਚਨ ਸਟੈਟਿਕ ਜੀਕੇ ਚੋਂ ਐਗਜ਼ਾਮ ਚ ਆਂਦੇ ਆ ਦੈਨ ਨੈਕਸਟ ਇਜ਼ ਮਾਰਕੰਡੇਸ਼ਵਰ ਮਹਾਦੇਵ ਟੈਂਪਲ ਮਾਰਕੰਡੇਸ਼ਵਰ ਮਹਾਦੇਵ ਟੈਂਪਲ ਇਜ਼ ਇਨ ਵਿਚ ਸਟੇਟ मार्कंडेश्वर महादेव टेंपल इज इन हरियाणा ए मार्कंडा रिवर जो है ए शाबा डिस्ट्रिक्ट ऑफ कुरक्षेत्रा उस जगह पे विच सिचुएटेड है हरियाणा दे विच नेक्स्ट इज हिडिंबा देवी टेंपल इज इन व्हिच सिटी हिडिंबा देवी टेंपल सो so, एक बड़ी पॉपुलर सिटी है माउंटेनी सिटी है काफी हिल स्टेशन है जिथे आपा जानते हैं सो दी राइट आंसर टू दिस क्वेश्चन इज मनाली मनाली दे विच है हिडिंबा देवी टेंपल then next last of our today's question is in which of the following Indian cities Raghunath Temple is situated? Raghunath Temple, ठीक है जिथे कहने का है कि तीती करोड़ जिधे सारे देवी देवता हैं उन्हादा जो थे वास हैं Raghunath Temple, so it is in Jammu, Jammu, ठीक है ਸੋ ਦੋਸਤੋ ਥਿਸ ਵਾਸ ਅਬਾਊਟ ਦੀ ਟੂਡੇਜ਼ ਫਰਸਟ ਲੈਕਚਰ ਸੋ ਤੁਸੀਂ ਮੈਨੂੰ ਸ਼ੇਅਰ ਕਰਨਾ ਹੈ ਆਪਦਾ ਸਕੋਰ ਕਿ 10 ਚੋ ਕਿੰਨਾ ਸਕੋਰ ਰਿਹਾ ਤੁਹਾਡਾ ਕਮੈਂਟ ਬਾਕਸ ਦੇ ਵਿੱਚ ਠੀਕ ਹੈ ਥੋੜੀ ਜੀ ਸਾਊਂਡ ਦੀ ਡਿਸਟਰੈਕਸ਼ਨ ਹੋ ਸਕਦੀ ਹੈ ਜਿਹਨੂੰ ਆਪਾਂ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਸੋ ਐਂਡ ਦੋਸਤੋ ਇਹ ਹੋਇਆ ਐਮਸੀਕਿਊ ਦੀ ਗੱਲ ਅਗਰ ਤੁਸੀਂ ਡੇਲੀ ਬੇਸਿਸ ਤੇ ਇਦਾਂ ਦੀ ਜੀਕੇ ਤੇ ਕਰੰਟ ਅਫੇਅਰ ਨੂੰ ਡਿਟੇਲ ਚ ਪੜਨਾ ਚਾਹੁੰਦੇ ਹੋ ਤੇ ਤੁਹਾਡੀ ਆਪਦੀ ਲੈਂਗੁਏਜ ਪੰਜਾਬੀ ਚ ਤਾਂ ਤੁਹਾਨੂੰ ਆਣਾ ਪਏਗਾ ਅਨ ਅਕੈਡਮੀ ਤੇ ਰੋਜ਼ ਰਾਤ ਨੂੰ 8 ਤੋਂ 9 ਠੀਕ ਹੈ ਜਿੰਦੇ ਚ ਆਪਾਂ ਕਵਰ ਕਰਦੇ ਆ ਸਾਰੇ ਦੇ ਸਾਰੇ ਕਰੰਟ ਅਫੇਅਰ ਅਲੋਂਗ ਵਿਦ ਸਟੈਟਿਕ ਜੀਕੇ ਪੰਜਾਬੀ మీడియం ਚ ਇਹਦੇ ਨਾਲ 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 ਆਪਾਂ ਸਟ੍ਰੈਟਜੀ ਕੇ ਵੀ ਕਰਦੇ ਆ ਐਂਡ ਪੰਜਾਬ ਦੇ ਕਰੰਟ ਅਫੇਅਰ ਦਾ ਵੀ ਸਪੈਸ਼ਲ ਲੈਕਚਰ ਹੁੰਦਾ ਹੈ ਵੀਕਲੀ ਬੇਸਿਸ ਤੇ ਸੋ ਤੁਸੀਂ ਅਨ ਅਕੈਡਮੀ ਤੇ ਮੇਰੀ ਪ੍ਰੋਫਾਈਲ ਨੂੰ ਲਾਈਕ ਕਰਨਾ ਹੈ ਫੋਲੋ ਕਰਨਾ ਹੈ ਤੇ ਡੇਲੀ ਬੇਸਿਸ ਤੇ ਲੈਕਚਰਸ ਦੇ ਵਿੱਚ ਆਨੇ ਆ ਪ੍ਰੋਫਾਈਲ ਹੋਏਗੀ ਦੋਸਤੋ ਜੋ ਤੁਸੀਂ ਪ੍ਰੋਫਾਈਲ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਪ੍ਰੋਫਾਈਲ ਦਾ ਲਿੰਕ ਵੀ ਮਿਲ ਜੇਗਾ ਐਂਡ ਇਵਨ ਪੀਪੀਐਸਸੀ ਦੀ ਕੰਪਲੀਟ ਟੀਮ ਹੈ ਅਨ ਅਕੈਡਮੀ ਤੇ ਜੋ ਤੁਸੀਂ ਸਾਹਮਣੇ ਦੇਖ پا ਰਹੇ ਹੋ ਤਾਂ ਤੁਸੀਂ ਇਹ ਸਾਰੇ ਲੈਕਚਰ ਅਨ ਅਕੈਡਮੀ ਤੇ ਲਗਾ ਸਕਦੇ ਹੋ ਸੋ ਮਿਲਾਂਗੇ ਆਪਾਂ ਨੈਕਸਟ ਸੀਰੀਜ਼ ਦੇ ਵਿੱਚ ਥੈਂਕ ਯੂ ਸੋ ਮੱਚ ਤੇ ਅੱਜ ਰਾਤ ਨੂੰ 8 ਵਜੇ ਅਨ ਅਕੈਡਮੀ ਤੇ ਮਿਲਦੇ ਹਾਂ ਬਾਕੀ ਕਲਾਸ ਲਈ ਥੈਂਕ ਯੂ ਸੋ ਮੱਚ